ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਸੋਈਆਂ ਖੁਰਦ, ਤਹਿਸੀਲ ਅਤੇ ਜ਼ਿਲ੍ਹਾ ਅੰਮ੍ਰਿਤਸਰ, ਵੇਰਕੇ ਦੇ ਲਾਗੇ ਹੀ ਆ ਜਿਹੜਾ ਵੀਰ ਜੀ ਉਹਨਾਂ ਦਾ ਪਿੰਡ, ਅਤੇ ਲਾਗੇ ਜਿਹੜਾ ਵਾ ਗਲੋਬਲ ਜਿਹੜਾ ਕੋਲਜ ਹੈ, ਕਾਫੀ ਮਸ਼ਹੂਰ ਆ, ਗਲੋਬਲ ਗਰੁੱਪ ਆਫ ਇੰਸਟੀਟਿਊਟ। ਅਤੇ ਫਾਰਮ ਦੇ ਵਿੱਚ ਅੱਜ ਤੁਹਾਨੂੰ ਆਪਾਂ ਵੀਡੀਓ ਦਿਖਾਉਂਦੇ ਹਾਂ ਫਾਰਮ ਦੀ ਗਾਂ ਜਿਹੜੀ ਅੱਜ ਵਿਕਾਊ ਵੀਰ ਜੀ ਉਹਨਾਂ ਨੇ ਕੀਤੀ ਆ, ਅਤੇ ਆ ਬਾਕੀ ਵੀ ਗਾਵਾਂ ਦੇਖ ਸਕਦੇ ਆ ਜਿਹੜੀਆਂ ਆਪਣੀਆਂ ਤਿਆਰ ਕੀਤੀਆਂ ਵਾ, ਵੱਛੀਆਂ ਜਿਹੜੀਆਂ ਆਪਣੀਆਂ ਚੰਗੇ ਰਿਕਾਰਡ ਵਾਲੀਆਂ ਜਿਹੜੀਆਂ ਤਿਆਰ ਕੀਤੀਆਂ ਵਾ, ਅਤੇ ਸਾਰੀਆਂ ਚੰਗੇ ਦੁੱਧ ਵਾਲੀਆਂ ਗਾਵਾਂ ਵੀਰ ਜੀ ਉਹਨਾਂ ਕੋਲ, ਅਤੇ ਹੈ ਵੀ ਜ਼ਿਆਦਾ ਐਚ ਐਫ ਹੀ ਆ ਅਤੇ ਚੰਗੇ ਰਿਕਾਰਡ ਵਾਲੀਆਂ ਗਾਵਾਂ ਵਾ, ਅਤੇ ਇਹ ਜਿਹੜੀ ਤਿਆਰ ਹੋਈ ਆ ਅਤੇ ਇਹੀ ਜਿਹੜੀ ਵਿਕਾਊ ਕੀਤੀ ਆ, ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਵੀਰ ਜੀ ਨਾਮ ਦੱਸ ਦਿਓ ਕਰੀ ਆਪਣਾ। ਬਲਕੀਤ ਬਾਲਜੋ, ਪਿੰਡ ਸੋਈਆਂ ਖੁਰਦ। ਪਿੰਡ ਸੋਈਆਂ ਖੁਰਦ, ਹੈ ਨਾ, ਅਤੇ ਮੇਨ ਬਾਈਪਾਸ ਦੇ ਮੇਨ ਰੋਡ ਦੇ ਉੱਪਰ ਹੀ ਆ ਨਾ ਲਗਭਗ ਆਪਣਾ, ਅਤੇ ਉਹ ਜਿਹੜਾ ਆਪਾਂ ਸਾਹਮਣੇ ਦੇਖ ਸਕਦੇ ਹਾਂ ਮੇਨ ਰੋਡ ਆ, ਸਾਹਮਣੇ ਮੇਨ ਰੋਡ ਆ, ਬਸ ਮੇਨ ਰੋਡ ਤੋਂ ਥੋੜ੍ਹਾ ਕੀ ਆ ਜਿਹੜਾ ਵੀਰ ਜੀ ਉਹਨਾਂ ਦਾ। ਅਤੇ ਵੀਰ ਜੀ ਫਿਰ ਪਿੱਛੇ ਜਿੰਨੀਆਂ ਆਪਾਂ ਗਾਵਾਂ ਦੇਖ ਸਕਦੇ ਹਾਂ ਸਾਰੀਆਂ ਆਪਣੀਆਂ ਤਿਆਰ ਕੀਤੀਆਂ, ਕਿੰਨੇ ਕੁ ਦੁੱਧ ਵਾਲੀਆਂ ਗਾਵਾਂ ਆਪਣੇ ਕੋਲ? ਆਪਣੇ ਕੋਲ 50 ਲੀਟਰ ਤੱਕ ਹੈਗੀ ਗਾਂ। ਅੱਛਾ, 50 ਲੀਟਰ ਤੱਕ ਵੀ ਗਾਂ ਹੈਗੀ ਆ, ਠੀਕ ਹੈ, ਉਹ ਵੀ ਘਰ ਦੀ ਤਿਆਰ ਕੀਤੀ ਹੈ? ਹਾਂ ਜੀ, ਆਪਣੀਆਂ ਤਿਆਰ ਹੈ। ਠੀਕ ਹੈ, ਕਿੰਨੇ ਕੁ ਦੁੱਧ ਤੋਂ ਸ਼ੁਰੂ ਹੋ ਜਾਂਦੀ ਹੈ ਆਪਣੀ ਗਾਂ? ਆਪਣੇ ਕੋਲ 25 ਕਿਲੋ ਦਾ। ਅੱਛਾ, 25 ਕਿਲੋ ਤੋਂ ਸ਼ੁਰੂ ਹੋ ਗਏ ਅਤੇ 50 ਲੀਟਰ ਤੱਕ ਦੀਆਂ ਗਾਵਾਂ ਹੈਗੀਆਂ ਵਾ, ਅਤੇ ਦੁੱਧ ਦਾ ਕੰਮ ਹੈ ਨਾ ਆਪਣਾ। ਅਤੇ ਚਲੋ, ਅਤੇ ਕਰੀਏ ਫਿਰ ਸ਼ੁਰੂ। ਅਤੇ ਆਹ ਜਿਹੜੀ ਆ ਵੈੜ, ਕਿੰਨਵਾਂ ਸੂਆ ਸੋਨਾ ਜੀ ਇਹਨੇ? ਇਹਨੇ ਦੂਜੇ ਸੂਏ ਸੋਨਾ ਜੀ। ਅੱਛਾ, ਦੂਸਰੇ ਸੂਏ ਸੋਨਾ ਆ। ਅਤੇ ਕਿਹੜੇ ਟੀਕੇ ਦੀ ਜੀ ਆਪ? ਇਹ 50053 ਦੀ ਸੈਕ ਦੀ। ਅਤੇ ਗਾੜੀ ਕਿਹੜਾ ਟੀਕਾ ਭਰਿਆ ਇਹਨੇ? 4432 ਲੱਗਾ ਜੀ। ਅੱਛਾ, 4432 ਲੱਗਾ ਵਾ, ਨੋਰਮਲ ਟੀਕਾ ਭਰਿਆ ਵਾ? ਨੋਰਮਲ। ਅੱਛਾ, ਨੋਰਮਲ ਹੀ ਆ, ਠੀਕ ਆ। ਅਤੇ ਪਿਛਲੇ ਸੂਏ ਕਿੰਨਾ ਕੁ ਦੁੱਧ ਤੁਸੀਂ ਚੋਇਆ ਇਹਦੇ ਕੋਲ? ਇਹਦੇ ਥੱਲਿਓਂ 35 ਕਿਲੋ ਦੁੱਧ ਚੋਇਆ ਜੀ। ਅੱਛਾ, 35 ਲੀਟਰ ਦੁੱਧ ਜਿਹੜਾ ਤੁਸੀਂ ਚੋਇਆ ਵਾ, ਅਤੇ ਘਰ ਦੀ ਤਿਆਰ ਕੀਤੀ ਆ, ਠੀਕ ਆ। ਅਤੇ ਐਰਕੀ ਕਿੰਨਾ ਕੁ ਦੁੱਧ ਚਵਾਈ ਜਾਊਗੀ? 40 ਕਿਲੋ ਚਾਹੀਦਾ ਵਾ, ਮੌਸਮ ਦੇ ਹਿਸਾਬ ਨਾਲ। ਹਾਂ, ਜਿਹੜੇ ਹਿਸਾਬ ਨਾਲ ਹੁਣ ਮੌਸਮ ਆ ਉਸ ਹਿਸਾਬ ਨਾਲ ਤੇ ਇੰਨਾ ਕਿੰਨੂ ਚਵਾਉਣਾ ਚਾਹੀਦਾ ਆ। ਅਤੇ ਇਹ ਵੇਚ ਕਿਉਂ ਦੇਣੀ ਆਪਾਂ? ਵੀ ਇਹ ਜੇ ਵੇਖੋ ਰੀਜਨ ਹੁੰਦਾ ਵੀ ਗਾੜੀ ਸ਼ੈੱਡ ਸ਼ੁੱਟ ਵਧਾਵੇ ਬੰਦਾ, ਫਿਰ ਬੱਚੀਆਂ ਦੇ ਮਗਰ ਆਈ ਜਾਂਦੀਆਂ ਫਿਰ। ਹਾਂਜੀ ਹਾਂਜੀ, ਅਤੇ 5-7 ਗਾਵਾਂ ਫਿਰ ਤਿਆਰ ਆ ਮਗਰ। ਅੱਛਾ, ਅਤੇ ਫਿਰ ਬੱਚੀਆਂ ਬੁੱਛੀਆਂ ਆ ਜਾਂਦੀਆਂ, ਫਿਰ 1-2 ਗਈ, ਫਿਰ 1-2 ਵਿੱਚੋਂ ਫਿਰ ਇੱਦਾਂ ਹੌਲੀਆਂ ਕਰਨੀਆਂ ਪੈਂਦੀਆਂ। ਉਹੀ ਗੱਲ ਕਿ ਜਾਂ ਤਾਂ ਫਿਰ ਉੱਤੇ ਸ਼ੈੱਡ ਵੱਡਾ ਕਰੇ ਅਤੇ ਜਾਂ ਫਿਰ ਗਾਵਾਂ ਘਟਾ ਦੇ। ਅਤੇ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਚੰਗੀ ਤਰ੍ਹਾਂ ਸਾਰੀ, ਚੰਗੀ ਸਾਂਭੀ ਸੁੰਭੀ ਆ, ਅਤੇ ਬਾਕੀ ਕੱਦ ਕਾਠ ਵੇਲ ਜਿਹੜਾ ਪਤਾ ਹੀ ਆ ਜਿਹੜੀਆਂ ਫਾਰਮਾਂ ਦੀਆਂ ਗਾਵਾਂ ਦਾ ਜਿਹੋ ਜਿਹਾ ਹੁੰਦਾ ਵਾ, ਚੰਗੇ ਨਿੱਗਰ ਕੱਦ ਕਾਠ ਦੀਆਂ ਹੁੰਦੀਆਂ ਵਾ। ਅਤੇ ਬਾਕੀ ਥਾਣੇ ਦੇ ਆਪਾਂ ਲਾਗੇ ਤੋਂ ਦੇਖ ਸਕਦੇ ਹਾਂ, ਭਾਵੇਂ ਕੋਈ ਮਸ਼ੀਨ ਦੀ ਚਵਾਈ ਨਾ ਕਰ ਲਏ ਚਵਾਈ, ਅਤੇ ਭਾਵੇਂ ਕੋਈ ਹੱਥ ਨਾਲ ਚਵਾਈ ਕਰ ਲਏ, ਅਤੇ ਮਿਲਕਮੇਨ ਵੀ ਚੰਗੀ ਲੱਗੀ ਆ। ਖੋਲੋ ਹਾਂ ਵੀਰ ਜੀ, ਤੋਰੀਏ ਫਿਰ ਇੱਕ ਰੀਨ, ਬਿਲਕੁਲ ਸਿੱਧੀ ਆ ਜਿਹੜੀ, ਖੜ੍ਹੇ ਕੋਈ ਸਾਂਭ ਵਾਲਾ, ਅਤੇ ਦੁੱਧ ਇਹ ਚੰਗਾ ਕੱਢੀ ਜਾਊਗੀ, ਪੂਰੇ ਭਾਰੇ ਸਟਰਕਚਰ ਦੀ ਆ ਜਿਹੜੀ। ਹਾਂ, ਦੇਖ ਸਕਦੇ ਜੀ, ਲੈ ਜਾਓ ਵੀਰ ਜੀ, ਅਜੇ ਤੋਰ ਦਿਓ ਥੋੜ੍ਹੀ ਹੋਰ। ਉਤਰਾ ਕਿੰਨੇ ਕੁ ਦਿਨ ਵੀਰ ਜੀ ਲੈ ਜਾਊਗੀ ਅਜੇ? 7-8 ਦਿਨ ਅਜੇ ਦੇ ਰਹਿੰਦੇ ਆ, ਅੱਜ ਲੈ ਆਓ ਫਿਰ। ਅਤੇ ਪੂਰੇ ਕਮਾਲ ਦੀ ਤਿਆਰ ਹੁੰਦੀ ਆ। ਪਹਿਲੇ ਸੂਏ ਜਿਹੜਾ ਕਹਿੰਦੇ ਕਿ ਇਹਨੇ 35 ਲੀਟਰ ਦੁੱਧ ਜਿਹੜਾ ਇਹਨੇ ਕੱਢਿਆ ਵਾ, ਅਤੇ ਦੂਸਰਾ ਸੂਆ ਹੁਣ ਇਹਨੇ ਸੂਣਾ, ਅਤੇ 40 ਕੁ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਯਾਰ ਕੀ ਕੱਢ ਜੂਗੀ। ਅਤੇ ਹਵਾਨੇ ਦੇ ਦੋਵਾਂ ਪਾਸੇ ਨਾੜਾਂ ਜਿਹੜੀਆਂ ਚੰਗੀਆਂ ਵਾ। ਬਾਕੀ ਵੱਛੀਆਂ ਵੀ ਬੜੀਆਂ ਚੰਗੀਆਂ ਤਿਆਰ ਹੁੰਦੀਆਂ ਵਾ, ਮਗਰ ਜਿਹੜੀਆਂ ਹੋਰ ਵੀ ਆ, ਜਿੰਨੇ ਵੀ ਪਸ਼ੂ ਆ ਸਾਰੇ ਚੰਗੇ ਦੁੱਧ ਵਾਲੇ ਆ, ਸਾਂਭ ਚੰਗੀ ਆ, ਅਤੇ ਗਾੜੀ ਵੀ ਕੋਈ ਚੰਗੀ ਸਾਂਭ ਵਾਲਾ ਕੋਈ ਖੜ੍ਹੇ। ਇੱਧਰ ਵੀ ਇੱਕ ਵਾਰੀ ਹਵਾ ਨੇ ਤੁਹਾਨੂੰ ਨਾੜਾਂ ਦਿਖਾ ਦਈਏ। ਹਾਂ, ਦੇਖ ਸਕਦੇ ਜੀ, ਬਾਕੀ ਜੇ ਤਿਆਰ ਹੋਣਾ ਵਾ ਇਹਨੇ ਢਿੱਲਾਂ ਢੁੱਲਾਂ ਜੇ ਸਾਂਭ ਕੱਢ ਦੇਣੀਆਂ ਇਹਨੇ, ਬਾਕੀ 7-8 ਦਿਨਾਂ ਨੂੰ ਤਾਂ ਚੰਗੀ ਤਿਆਰ ਹੋ ਗਈ ਫਿਰ। ਹਾਂਜੀ, ਅਤੇ ਇਹਦਾ ਮੁੱਲ ਫਿਰ ਕਿੰਨਾ ਕੁ ਰੱਖੀਏ ਆਪਾਂ? ਮੁੱਲ ਇਹਦਾ 160 ਜੋ। 160 ਆ, ਕਰਨਾ ਵਿੱਚ ਮਾਨ ਤੁਹਾਨੂੰ? ਕਰ ਦਾਂਗੇ, ਠੀਕ ਆ, ਮੌਕੇ 'ਤੇ ਕਰ ਦੋਗੇ ਹੈ ਨਾ, ਫਿਰ ਕੋਈ ਫੋਨ ਲਾਵੇ ਇੱਕ ਵਾਰੀ, ਠੀਕ ਆ ਜੀ। ਅਤੇ ਬਾਕੀ ਇਹ ਆ ਵੀ ਚਲੋ ਜੇ ਕਿਸੇ ਨੇ ਹੋਰ ਡਿਟੇਲ ਕੋਈ ਪੁੱਛਣੀ ਹੋਵੇ ਤੁਹਾਨੂੰ ਆਪੇ ਕੋਈ ਫੋਨ ਲਾ ਕੇ ਜਿਹੜਾ ਵਾ ਪੁੱਛ ਲਿਆ ਨਾ, ਅਤੇ ਬਾਕੀ ਜੋ ਵੀ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ, ਅਤੇ ਜੇ ਹੋਰ ਵੀ ਕਿਸੇ ਵੀਰ ਨੇ ਕੁਝ ਵੀ ਪੁੱਛਣਾ ਹੈ ਤਾਂ ਤੁਸੀਂ ਪੁੱਛ ਸਕਦੇ ਜੀ।